ਇਸ ਟਾਈਮ ਅਗਰ ਕੋਈ ਬੱਚਾ ਐਡਮਿਸ਼ਨ ਕਰਵਾਉਣੀ ਹੈ ਤਾਂ ਐਸ ਕੇ ਐਸ ਦੇ ਵਿੱਚ ਕਰਵਾਓ, ਤਾਂ ਜੋ ਉੱਥੇ, ਕਿਉਂਕਿ ਬੱਚੇ ਦੀ ਆਲ ਓਵਰ ਡਿਵੈਲਪਮੈਂਟ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਔਰ ਜਿਹੜੀ ਫੀਸ ਹੈ ਬਹੁਤ ਹੀ ਵਾਜਿਬ ਹੈ, ਉਹ ਹਰ ਇਨਸਾਨ ਦੇ ਮਤਲਬ ਅਫੋਰਡੇਬਲ ਹੈਗੀ ਹੈ, ਕੋਈ ਉਹਦੇ ਵਿੱਚ ਮਤਲਬ ਮੁਸ਼ਕਿਲ ਨਹੀਂ ਕਿਸੇ ਨੂੰ ਵੀ ਅਫੋਰਡ ਕਰਨ ਦੇ। ਐਕਚੁਲੀ ਇਹ ਸੈਸ਼ਨ ਜਿਹੜਾ ਸੀਗਾ ਆਪਣੇ ਜਾਣ ਦੇ ਨਾਲ ਸ਼ੁਰੂ ਕੀਤਾ, ਕਿਉਂਕਿ ਹੁਣ ਥੋੜ੍ਹੀ ਜਿਹੀ ਸਟੈਂਡ ਆਪਣੀ ਹੋ ਗਈ ਹੈ, ਟੈਂਥ ਦਾ ਔਰ ਪਲੱਸ ਟੂ ਬੋਰਡ ਦਾ ਐਗਜ਼ਾਮ ਆ ਜਿਹੜਾ 100% ਆਇਆ, ਬਹੁਤ ਅੱਛੀਆਂ ਅੱਛੀਆਂ ਪੁਜੀਸ਼ਨਸ ਬੱਚਿਆਂ ਨੇ 94-95% ਲੈ ਕੇ ਪਾਸ ਹੋਏ ਨੇ, ਔਰ ਗੇਮਸ ਦੇ ਵਿੱਚ ਬੱਚਿਆਂ ਨੇ ਅੰਡਰ 14, ਅੰਡਰ 6, 17, ਅੰਡਰ 19 ਤਿੰਨੋਂ ਬਾਸਕਿਟਬਾਲ ਅਤੇ ਕ੍ਰਿਕਟ ਦੋਨਾਂ ਦੇ ਵਿੱਚ ਬੜੀਆਂ ਅੱਛੀਆਂ ਪੁਜੀਸ਼ਨਸ ਹਾਸਲ ਕੀਤੀਆਂ ਨੇ। ਅੱਜ ਬੱਚੇ ਡਿਸਟ੍ਰਿਕਟ ਲੈਵਲ ਦੇ ਉੱਤੇ ਖੇਡਣ ਜਾ ਰਹੇ ਨੇ ਅੰਡਰ 14 ਬਾਸਕਿਟਬਾਲ ਦੇ ਵਿੱਚ, ਪਰ ਅੰਡਰ 17 ਨੇ ਜਿਹੜੇ ਜ਼ੋਨ ਲੈਵਲ ਦੇ ਉੱਤੇ ਉਹਨਾਂ ਨੇ ਫਸਟ ਪੋਜੀਸ਼ਨ ਬੱਚਿਆਂ ਨੇ ਲਈ ਹੈ, ਔਰ ਅੰਡਰ 19 ਨੇ ਸੈਕਿੰਡ ਪੋਜੀਸ਼ਨ ਲਈ ਹੈ, ਔਰ ਕ੍ਰਿਕਟ ਦੇ ਵਿੱਚ ਵੀ ਬੱਚਿਆਂ ਨੇ ਸੈਕਿੰਡ ਪੋਜੀਸ਼ਨ ਲਈ ਹੈ ਜ਼ੋਨ ਲੈਵਲ 'ਤੇ, ਔਰ ਡਿਸਟ੍ਰਿਕਟ ਲੈਵਲ 'ਤੇ ਖੇਡਣ ਜਾ ਰਹੇ ਨੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਇਲਾਕੇ ਦੇ ਸਾਰਿਆਂ ਨੂੰ ਕਿ ਆਪਾਂ ਨਵੀਂ ਪਿੱਚ ਜਿਹੜੀ ਹੈਗੀ ਆ ਉਹ ਕ੍ਰਿਕਟ ਦੀ ਬਣਾਈ ਹੈ, ਉੱਥੇ ਬੱਚੇ ਫ੍ਰੀ ਆਫ ਕੋਸਟ, ਬੱਚੇ ਜਿਹੜੇ ਇੱਥੇ ਪੜ੍ਹ ਰਹੇ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਲਿਆ ਜਾਂਦਾ, ਉੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੋਲਿੰਗ ਦੀ ਔਰ ਬੈਟਿੰਗ ਦੀ, ਤਾਂ ਜੋ ਬੱਚੇ ਅੱਛੇ ਉੱਭਰ ਕੇ ਅੱਛੀ ਟੀਮ ਜਿਹੜੀ ਹੈਗੀ ਆ ਉਹ ਸਾਡੇ ਸਕੂਲ ਦੀ ਅੱਗੇ ਡਿਸਟ੍ਰਿਕਟ ਲੈਵਲ, ਸਟੇਟ ਲੈਵਲ ਔਰ ਨੈਸ਼ਨਲ ਲੈਵਲ ਤੱਕ ਪਹੁੰਚੇ, ਤਾਂ ਜੋ ਬੱਚੇ ਬਹੁਤ ਅੱਛੀ ਤਰ੍ਹਾਂ ਨਾਲ ਪ੍ਰਦਰਸ਼ਨ ਕਰ ਸਕਣ। ਮੈਡਮ, ਇਹਨਾਂ ਦੇ ਵੀਰ ਜਿਹੜੇ ਹੈਗੇ ਨੇ ਉਹ ਇਹ ਕਹਿੰਦੇ ਨੇ ਵੀ ਜਾ ਕੇ ਬੱਚੇ ਸਾਡੇ ਸੰਤ ਕਿਰਪਾਲ ਸਿੰਘ ਅਕੈਡਮੀ 'ਚ ਪੜ੍ਹਾਓ, ਕੀ ਕਹਿਣਾ ਚਾਹੋਗੇ? ਸੰਤ ਕਿਰਪਾਲ ਸਿੰਘ ਸਕੂਲ ਜਿਹੜਾ ਵਿੱਦਿਆ ਦਾ ਦਾਨ ਦੇ ਰਿਹਾ ਹੈਗਾ, ਔਰ ਜਿਹ 'ਚ NRI ਦੀ ਬਹੁਤ ਵੱਡੀ ਜਿਹੜੀ ਹੈਗੀ ਆ ਉਹਨਾਂ ਦੀ ਇੱਕ ਇਹ ਪਸੰਦ ਹੈਗੀ ਆ ਸਕੂਲ, ਕਿਉਂਕਿ ਜਿਹੜੇ ਲੋਕ ਇੱਧਰ ਦੇ ਬਾਹਰ ਗਏ ਨੇ ਉਹ ਗਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਨੇ, ਆਪਣੇ ਬੱਚੇ ਜਿਹੜੇ ਇੱਧਰ ਹੈਗੇ ਉਹ ਵੀ ਕਹਿੰਦੇ ਨੇ ਵੀ ਤੁਸੀਂ ਜੁਆਇਨ ਕਰਨਾ ਤਾਂ ਸਾਡਾ
ਇਹ ਵਿਦਿਆ ਦਾ ਦਾਨੀ ਸਕੂਲ ਕਵਰ ਕਰੋ, ਕਿਉਂਕਿ ਬਹੁਤ ਵੱਡੇ ਵੱਡੇ ਸਕੂਲ ਹੈਗੇ ਆ, ਵੱਡੀਆਂ ਇੰਸਟੀਟਿਊਸ਼ਨ ਨੇ ਜਿੱਥੇ ਬਹੁਤ ਮਹਿੰਗੇ ਮਹਿੰਗੇ ਖਰਚੇ ਨੇ, ਪਰ ਇਹ ਸਕੂਲ ਜਿਹ 'ਚ ਖਰਚਾ ਬਹੁਤ ਘੱਟ ਔਰ ਸਟੱਡੀ ਜਿਹੜੀ ਹੈਗੀ ਆ ਉਹਨਾਂ ਸਕੂਲਾਂ ਨਾਲੋਂ ਵਧੀਆ। ਹਾਂਜੀ ਸਰ, ਇਹ ਵੀ ਹੈ ਕਿ ਜਿਹੜੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਕੂਲ ਦੇ ਆਪਣੇ ਬੱਚੇ ਜਿਹੜੇ ਇੱਥੋਂ ਪੜ੍ਹ ਕੇ ਗਏ ਨੇ ਉਹ ਵੀ 95% ਜਿਹੜੇ ਬੱਚੇ ਨੇ ਫੋਰਨ ਕੰਟਰੀਜ਼ ਦੇ ਵਿੱਚ ਨੇ। ਉਹਨਾਂ ਨੂੰ ਹਮੇਸ਼ਾ ਬੱਚਿਆਂ ਨੂੰ ਨੈਕਸਟ ਜਿਹੜੀ ਉਹਨਾਂ ਦੀ ਜਨਰੇਸ਼ਨ ਆ ਰਹੀ ਹੈ, ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦੇ ਬ੍ਰਦਰਸ ਵਗੈਰਾ ਦੇ ਬੱਚੇ ਨੇ, ਉਹਨਾਂ ਨੂੰ ਸਭ ਨੂੰ ਇਹੀ ਕਹਿੰਦੇ ਨੇ ਜਾਂ ਆਸ ਪਾਸ ਵੀ ਜਿਹੜੇ ਲੋਕ ਹੈਗੇ ਨੇ ਕਿਧਰੇ ਵੀ ਜਾ ਕੇ। ਮੈਨੂੰ ਇਹ ਪਤਾ ਲੱਗਿਆ ਥੋੜ੍ਹੇ ਦਿਨ ਪਹਿਲਾਂ ਕੋਈ ਦੱਸ ਰਿਹਾ ਸੀ ਕਿ ਇੱਕ ਹੋਸਪਿਟਲ ਦੇ ਵਿੱਚ ਕਿਸੇ ਡਾਕਟਰ ਦੇ ਕੋਲ ਜਿਸ ਤਰ੍ਹਾਂ ਪਿੰਡ ਦੇ ਵਿੱਚ ਲੋਕ ਸਾਰੇ ਇਕੱਠੇ ਹੋਏ ਹੁੰਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਪਲੇਸ ਆ ਜਿੱਥੇ ਇਕੱਠੇ ਹੁੰਦੇ ਨੇ, ਤਾਂ ਇੱਕ ਦੂਸਰੇ ਤੋਂ ਸਲਾਹ ਕਰਦੇ ਨੇ ਕਿ ਬੱਚਾ ਕਿੱਥੇ ਅਸੀਂ ਐਡਮਿਸ਼ਨ ਕਰਵਾ ਸਕਦੇ ਹਾਂ। ਅਤੇ ਕਹਿੰਦੇ ਉੱਥੇ ਇਹੀ ਗੱਲ ਚੱਲ ਰਹੀ ਸੀ ਕਿ ਇਸ ਟਾਈਮ ਅਗਰ ਕੋਈ ਬੱਚਾ ਐਡਮਿਸ਼ਨ ਕਰਵਾਉਣੀ ਹੈ ਤਾਂ SKS ਦੇ ਵਿੱਚ ਕਰਵਾਓ, ਤਾਂ ਜੋ ਉੱਥੇ ਕਿਉਂਕਿ ਬੱਚੇ ਦੀ ਆਲ ਓਵਰ ਡਿਵੈਲਪਮੈਂਟ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਔਰ ਜਿਹੜੀ ਫੀਸ ਹੈ ਬਹੁਤ ਹੀ ਵਾਜਿਬ ਹੈ, ਉਹ ਹਰ ਇਨਸਾਨ ਦੇ ਮਤਲਬ ਉਹਦੇ ਅਫੋਰਡੇਬਲ ਹੈਗੀ ਹੈ, ਕੋਈ ਉਹਦੇ ਵਿੱਚ ਮਤਲਬ ਮੁਸ਼ਕਿਲ ਨਹੀਂ ਕਿਸੇ ਨੂੰ ਵੀ ਅਫੋਰਡ ਕਰਨ ਦੇ ਵਿੱਚ। ਪਹਿਲਾਂ ਡਿਸਪਲਿਨ ਜਿਹੜਾ ਹੈਗਾ ਇਸ ਸਕੂਲ ਦੇ ਵਿੱਚ ਇੱਕ ਪਹਿਲੀ ਜਿਹੜੀ ਚੀਜ਼ ਹੈ ਡਿਸਪਲਿਨ, ਕਿਉਂਕਿ ਜਦੋਂ ਬੰਦਾ ਅੰਦਰ ਵੜਦਾ ਉਹਦੀ ਐਂਟਰੀ ਸਿਕਿਉਰਿਟੀ ਦਾ ਅਰੇਂਜਮੈਂਟ ਲੜਕੀਆਂ ਦੇ ਲਈ ਬਹੁਤ ਹੀ ਸਟ੍ਰਿਕਟਨੈਸ, ਉਸ ਤਰੀਕੇ ਦੀ ਸਟ੍ਰਿਕਟਨੈਸ ਨਹੀਂ ਪਰ ਉਹਨਾਂ ਨੂੰ ਇੱਕ ਇਨਸਾਨ ਬਣਾਉਣ ਦੀ ਸਟ੍ਰਿਕਟਨੈਸ ਕਿ ਤੁਸੀਂ ਸਮਾਜ ਨੂੰ ਫੇਸ ਕਰਨਾ ਕਿਵੇਂ ਔਖਿਆ ਕਿਵੇਂ ਅੱਜ ਸਮਾਜ ਦੇ ਵਿੱਚ ਇੰਨੀਆਂ ਪ੍ਰੋਬਲਮਸ ਆ ਰਹੀਆਂ ਨੇ, ਔਰ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਹੋ ਕਿ ਬੱਚੋ ਤੁਸੀਂ ਇੱਕ ਆਉਣ ਵਾਲਾ ਭਵਿੱਖ ਹੋ, ਤੁਸੀਂ ਆਪਣਾ ਲੜਕੀਆਂ ਨੂੰ ਕਿ ਤੁਸੀਂ ਫੇਸ ਕਰਨਾ ਲੋਕਾਂ ਤੋਂ ਡਰਨਾ ਨਹੀਂ। ਦੇਖੀਏ ਸਰ, ਜਿਹੜਾ ਅੱਜ ਦਾ ਟਾਈਮ ਹੈ ਨਾ, ਬੱਚਿਆਂ ਨੂੰ ਤੁਸੀਂ ਸਟ੍ਰਿਕਟਲੀ ਕਰਕੇ ਸਟ੍ਰਿਕਟਨੈਸ ਕਰਕੇ ਨਹੀਂ ਉਹਨਾਂ ਨੂੰ ਸਮਝਾ ਸਕਦੇ ਕੁਛ ਵੀ, ਬੱਚਿਆਂ ਨੂੰ ਪਿਆਰ ਨਾਲ ਜੋ ਮਰਜ਼ੀ ਕਰਵਾ ਲਓ। ਇਸ ਕਰਕੇ ਬੱਚਿਆਂ ਨੂੰ ਟਾਈਮ ਟੂ ਟਾਈਮ ਉਹਨਾਂ ਨੂੰ ਇੰਸਟਰਕਸ਼ਨਸ, ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ, ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਦੱਸਣਾ ਕਿ ਬੇਟਾ ਲਾਈਫ ਦੇ ਵਿੱਚ ਤੁਸੀਂ ਕੀ ਬਣਨਾ, ਪਰ ਉਹਦੇ ਲਈ ਤੁਹਾਨੂੰ ਕੀ ਚੀਜ਼ ਦੀ ਜ਼ਰੂਰਤ ਹੈ। ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸਹਿਨਸ਼ੀਲਤਾ ਲੈ ਕੇ ਆਉਣੀ ਹੈ ਗਰਲਸ ਨੇ ਖਾਸ ਕਰਕੇ, ਔਰ ਤੁਹਾਡਾ ਜਿਹੜਾ ਮੇਨ ਕਰੈਕਟਰ ਹੈ ਬੋਆਇਜ਼ ਦਾ ਚਾਹੇ ਗਰਲਸ ਦਾ, ਉਹ ਮੇਨ ਤੁਹਾਡੀ ਲਾਈਫ ਦਾ ਇੱਕ ਅਹਿਮ ਅੰਗ ਹੈ। ਅਗਰ ਤੁਹਾਡਾ ਕਰੈਕਟਰ ਬਹੁਤ ਅੱਛਾ ਹੈ, ਉਹਦੇ ਵਿੱਚ ਕਰੈਕਟਰ ਦੇ ਵਿੱਚ ਮੈਂ ਹਰ ਚੀਜ਼ ਨੂੰ ਇੰਕਲੂਡ ਕਰਾਂਗੀ ਕਿ ਉਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦੇ ਨਾਲ ਚੋਰੀ ਜਾਂ ਕੋਈ ਕਿਸੇ ਕਿਸਮ ਦੇ ਨਾਲ ਚਲਾਕੀ ਚੁਸਤੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ, ਤੁਹਾਡਾ ਮਾਇੰਡ ਹੈ ਜਿਹੜਾ ਬਿਲਕੁਲ ਕਲੀਅਰ ਹੋਣਾ ਚਾਹੀਦਾ। ਅਗਰ ਤੁਸੀਂ ਇਸ ਤਰ੍ਹਾਂ ਦੀ ਲਾਈਫ ਨੂੰ ਹੁਣੇ ਤੋਂ ਸ਼ੁਰੂ ਕਰ ਦਿੱਤਾ ਸਕੂਲਿੰਗ ਲਾਈਫ ਤੋਂ, ਤੁਹਾਡੀ ਅੱਗੇ ਆਉਣ ਵਾਲਾ ਜਿਹੜਾ ਫਿਊਚਰ ਹੈ, ਤੁਹਾਡੀ ਸਾਰੀ ਲਾਈਫ ਬਹੁਤ ਅੱਛੀ ਨਿਕਲੇਗੀ, ਔਰ ਇੱਕ ਜਿਸ ਤਰ੍ਹਾਂ ਦਾ ਬੱਚਾ ਹੈ ਜਿਸ ਤਰ੍ਹਾਂ ਦਾ ਇਨਸਾਨ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦੇ ਇਨਸਾਨ ਤੁਸੀਂ ਜ਼ਰੂਰ ਬਣੋਗੇ। ਅਗਰ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਦੱਸਦੇ ਹਾਂ ਤਾਂ ਬੱਚੇ ਜ਼ਰੂਰ ਉਸ ਨੂੰ ਫੋਲੋ ਕਰਦੇ ਨੇ। ਹਮੇਸ਼ਾ ਸਾਨੂੰ ਮਤਲਬ ਇਸ ਤਰ੍ਹਾਂ ਦੀਆਂ ਹੀ ਇੰਸਟਰਕਸ਼ਨ ਦਿੰਦੇ ਰਹਿੰਦੇ ਸੀਗੇ ਕਿ ਬੇਟਾ ਹਮੇਸ਼ਾ ਸੱਚ 'ਤੇ ਚੱਲੋ, ਹਮੇਸ਼ਾ ਸੱਚ ਦੀ ਗੱਲ ਕਰੋ। ਅਤੇ ਹੁਣ ਜਿਹੜੇ ਬਾਬਾ ਜੀ ਨੇ, ਬਾਬਾ ਮੱਖਣ ਸਿੰਘ ਜੀ, ਜਿਸ ਨਾਲ ਤੁਹਾਨੂੰ ਪਤਾ ਹੀ ਹੈ ਕਿ ਲਾਸਟ ਈਅਰ ਸਾਨੂੰ ਛੱਡ ਕੇ ਚਲੇ ਗਏ ਨੇ, ਬਹੁਤ ਦੁੱਖ ਵਾਲੀ ਗੱਲ ਹੈ, ਬਟ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਕਿਉਂਕਿ ਹੁਣ ਬਾਬਾ ਅਮਨਦੀਪ ਸਿੰਘ ਜੀ ਹੈਗੇ ਨੇ, ਉਹ ਵੀ ਹਮੇਸ਼ਾ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੋ ਇਨਸਾਨ ਦੇ ਅੱਛੇ ਰਸਤੇ ਨੇ ਉਹਨਾਂ ਦੇ ਉੱਤੇ ਚੱਲਣਾ ਸਾਡਾ ਸਭ ਤੋਂ ਪਹਿਲਾਂ ਫਰਜ਼ ਹੈ, ਉਸ ਤੋਂ ਬਾਅਦ ਸਾਡੀ ਲਾਈਫ ਦਾ ਦੂਸਰਾ ਕੰਮ ਹੈ ਸਟੱਡੀ ਜਾਂ ਹੋਰ ਕੋਈ ਵੀ ਕੰਮ, ਸਭ ਤੋਂ ਪਹਿਲਾਂ ਅੱਛੇ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਅਸੀਂ ਵੀ ਫੋਲੋ ਕਰਦੇ ਹਾਂ। ਸੋ ਦਿਸ ਇਜ਼ ਅਵਰ 9th ਕਲਾਸ, ਸੋ ਹੇਅਰ ਯੂ ਕੈਨ ਸੀ ਆਲ ਸਟੂਡੈਂਟਸ ਆਰ ਵੈਲ ਸੀਟਡ ਐਂਡ ਮੈਡਮ ਰਮਨ ਇਜ਼ ਟੀਚਿੰਗ SST ਟੂ ਦੈਮ ਐਂਡ ਐਵਰੀ ਕਲਾਸ ਇਜ਼ ਏਰੀ ਐਂਡ ਲਾਰਜ, ਸੋ ਆਲ ਦਾ ਸਟੂਡੈਂਟਸ ਆਰ ਸਿਟਿੰਗ ਕੰਫਰਟੇਬਲੀ ਇਨ ਐਵਰੀ ਕਲਾਸ।
So here is our chemistry lab. So as you can see, the lab is large and airy, in which all the chemicals and equipments are there. Madam Gurdeep is now teaching chemistry to the students. So all the students, they will perform every practical by their own. So this is our biology lab. So as you can see, the lab is well equipped. Here the chemicals are present. As you can see, different chemicals and the specimens are present. Different models are displayed here. So here the students perform every practical by their own, and the teacher always instruct them to do practical by themselves. So here is physics lab, the highly equipped lab, so in which all the equipments are there. Madam Sukhvinder is teaching physics. To introduce our physics ma'am, Madam Sukhvinder Kaur. So she will tell about the physics lab. Good morning everyone. I am a physics lecturer in this school. I teach plus one and plus two physics. All the equipment in the physics lab are available. And bache itthe ki hage sare practical perform karde hai aur sare equipment in lab de vich available hai gaya. So this is our music room. Here all the students of different classes practice shabad. So let's visit our kindergarten section. So here three classes are there: nursery, LKG and UKG. So our nursery class. Madam Dimple is teaching now. So now I would like to introduce our LKG class in charge, Madam Dimple. So she will tell more about this class. Ma'am. Good morning. Myself, Mrs. Dimple Deep Kaur. I teach class LKG. There is 36 students in our class. Our national flower. National flower. So this is our UKG class. So all the students are present. And the class in charge is Madam Aman.